ਦੇ ਵਿੱਚ ਲੰਮੇ ਪਿਆ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਇੱਕ ਰਿਟਾਇਰਡ SHO ਹੈ ਜਿਸ ਨੂੰ ਗੋਲੀ ਮਾਰੀ ਗਈ ਹੈ। ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਇਹ ਝਗੜਾ ਚੱਲ ਰਿਹਾ ਸੀ, ਵਿਵਾਦ ਚੱਲ ਰਿਹਾ ਸੀ, ਜਿਸ ਦੌਰਾਨ ਦੂਜੀ ਧਿਰ ਦੇ ਵੱਲੋਂ ਰਿਟਾਇਰਡ SHO ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਤੇ ਇੱਕ ਗੋਲੀ ਇਸ ਰਿਟਾਇਰਡ SHO ਦੇ ਢਿੱਡ ਚ ਲੱਗੀ, ਜਿਸ ਤੋਂ ਬਾਅਦ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ। ਹਸਪਤਾਲ ਚ ਜ਼ੇਰੇ ਇਲਾਜ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ। ਮਾਮਲਾ ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਸ਼ਿਵਪੁਰੀ ਕੁਕਰੀਆਂ ਦਾ ਹੈ, ਜਿੱਥੇ ਜ਼ਮੀਨੀ ਵਿਵਾਦ ਦੇ ਚੱਲਦਿਆਂ ਇਹ ਦੋ ਧਿਰਾਂ ਵਿਚਾਲੇ ਕਾਫੀ ਸਮੇਂ ਤੋਂ ਝਗੜਾ ਚੱਲ ਰਿਹਾ ਸੀ ਤੇ ਇਸੇ ਝਗੜੇ ਦੇ ਚੱਲਦਿਆਂ ਕਈ ਵਾਰ ਜਾਨੋ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਸਨ। ਰਿਟਾਇਰਡ SHO ਦੇ ਪਰਿਵਾਰ ਨੇ ਦੱਸਿਆ ਹੈ ਕਿ ਉਹਨਾਂ ਨੂੰ ਵਿਦੇਸ਼ ਦੇ ਨੰਬਰ ਤੋਂ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਸਨ ਅਤੇ ਫਿਰ ਇੱਕ ਦਿਨ ਖੇਤਾਂ ਦੇ ਵਿੱਚ 12 ਤੋਂ 15 ਵਿਅਕਤੀ ਆਏ, ਲਲਕਾਰੇ ਮਾਰਨ ਲੱਗੇ ਤੇ ਗੋਲੀਆਂ ਚਲਾਉਣ ਲੱਗੇ, ਜਿਸ ਦੌਰਾਨ ਇਹ ਰਿਟਾਇਰਡ SHO ਵੀ ਉੱਥੇ ਹੀ ਮੌਜੂਦ ਸੀ, ਜਿਸ ਨੂੰ ਗੋਲੀ ਲੱਗੀ ਤੇ ਗੋਲੀ ਲੱਗਣ ਤੋਂ ਬਾਅਦ ਇਹ ਰਿਟਾਇਰਡ SHO ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਡਾਕਟਰਾਂ ਦੇ ਵੱਲੋਂ SHO ਦੀ ਹਾਲਤ ਅਜੇ ਗੰਭੀਰ ਦੱਸੀ ਜਾ ਰਹੀ ਹੈ। ਉਧਰ ਦੂਜੇ ਪਾਸੇ ਇਸ SHO ਦਾ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ। ਸਰ, ਮੇਰੇ ਫਾਦਰ ਸਾਹਿਬ ਹੈ, ਰਿਟਾਇਰਡ ਇੰਸਪੈਕਟਰ ਦਰਬਾਰ ਸਿੰਘ ਹੈ, SHO ਬਰੀਅਲੀ ਰਹੇ, ਲੱਖੀਅਲੀ ਰਹੇ, ਉਹਨਾਂ ਦਾ ਡਰੱਗਸ ਐਂਟੀ ਡਰੱਗਸ ਦੇ ਕਾਫੀ ਕੈਂਪੇਨ ਉਹਨੇ ਕੀਤੇ ਉਸ ਟਾਈਮ ਦੇ ਵਿੱਚ, ਬਟ ਫਿਲਹਾਲ ਸਾਡਾ ਔਰ ਕੋਈ ਪਹਿਲੀ ਦਾ ਝਗੜਾ ਕਿ ਮੇਜਰ ਝਗੜਾ ਨਹੀਂ ਸੀਗਾ। ਇਹ ਜਿਹੜਾ ਇਨੀਸ਼ੀਏਟ ਕੀਤਾ ਜਿਹੜਾ ਠੇਕੇਦਾਰ ਜਿਹਨੇ ਸਾਨੂੰ ਪਹਿਲੀ ਦਵਾਈ ਗੁਰਮੇਲ ਸਿੰਘ ਲੰਡੇ ਰੋਡੇ, ਉਹਨੇ ਸਾਰਾ ਜਿਹੜਾ ਮੇਨ ਪ੍ਰੋਬਲਮ ਦੀ ਜੜ ਹੈ ਨਾ ਉਹਨੇ ਕੀਤੀ ਹੈ, ਜਿਹੜੀ ਸਾਡੀ ਪਹਿਲੀ ਨਾਲ ਕੋਈ ਪਾਉਣੀ ਜਿਹੜੇ 3 ਕਿੱਲੇ ਪਰਲਾ ਟਾਕਾ ਜਿਹੜਾ ਸਾਡਾ ਸੜਕ ਦੇ ਉੱਪਰ ਆਉਂਦਾ, ਉਹ ਜਿਹੜਾ ਗੈਂਗਸਟਰ ਫਰੀਦਕੋਟ 2012 ਦੇ ਵਿੱਚ ਜਿਹੜੇ ਸ਼ਰੂਤੀ ਕਾਂਡ ਹੋਇਆ ਉਹ ਨਿਸ਼ਾਨ ਸਿੰਘ ਦੇ ਨਾਲ ਲੱਗ ਗਈ ਹੈ, ਉਹ ਪਹਿਲੀ ਉਹਦੇ ਮਦਰ ਦੇ ਨਾਮ 'ਤੇ ਹੈ। ਉਹ ਕੋਈ ਸਮਥਿੰਗ ਉਹਨਾਂ ਨੇ ਕਿਹਾ ਸੀ ਸਾਡੀ ਪਹਿਲੀ ਪੂਰੀ ਕਰਦੇ ਸੀਗਾ ਕਿ ਤੁਸੀਂ ਆਪਦੀ ਪਹਿਲੀ ਮਿਣ ਕੇ ਅੱਗੇ ਕਰਕੇ ਵੱਟ ਪਾ ਲਓ, ਸਾਨੂੰ ਕੋਈ ਇਤਰਾਜ਼ ਨਹੀਂ, ਸਾਨੂੰ ਮੈਂ ਆਪ ਬਾਹਰ ਪ੍ਰਾਈਵੇਟ ਜੋਬ ਕਰਨਾ ਅਤੇ ਫਾਦਰ ਸਾਹਿਬ ਰਿਟਾਇਰਡ ਹੈ, ਅਤੇ ਮੈਂ ਕਿਹਾ ਪਾਪਾ ਨੂੰ ਕਿਹਾ ਕਿ ਆਪਣਾ ਕੋਈ ਇਸ਼ੂ ਨਹੀਂ ਚਾਹੀਦਾ। ਉਹ ਕੀ ਕਰਦੇ ਸੀਗੇ, ਉਹ ਜਿਹੜਾ ਠੇਕੇਦਾਰ ਉਹ ਪ੍ਰੋਵੋਕ ਕਰ ਦਿੰਦਾ ਸੀਗਾ, ਮਿੰਟ ਮਿੰਟ ਦੀ ਕਹਿੰਦਾ ਸੀ ਕਿ ਅੱਜ ਇੰਸਪੈਕਟਰ ਪਹੁੰਚ ਗਿਆ, ਪਹਿਲੀ 'ਚ ਪਹੁੰਚ ਗਿਆ, ਹਰ ਚੀਜ਼ ਦੀ ਖਬਰ ਮਿੰਟ ਮਿੰਟ 'ਤੇ ਦਿੰਦਾ ਰਿਹਾ। ਉਹ ਪਿਛਲੇ ਹਫ਼ਤੇ ਕੀ ਹੋਇਆ ਕਿ ਉਹਨਾਂ ਨੇ ਵੱਟ ਮਤਲਬ ਥੋੜ੍ਹਾ ਜਿਹਾ ਅੱਗੇ ਕਰਕੇ ਮਤਲਬ ਵਿੱਚ ਪਹਿਲੀ ਦੇ ਵਿੱਚ ਵੱਟ ਪਾਤੀ, ਠੀਕ ਹੈ, ਥੋੜ੍ਹਾ ਜਿਹਾ ਅੱਗੇ ਨੂੰ ਕਰਕੇ ਪ੍ਰੋਵੋਕ ਹੋ ਗਈ ਸਿਸਟਮ ਨੂੰ, ਉਹਦੇ ਹੋਣ ਕਰਕੇ ਆਪਣਾ ਉਹਨੇ ਵਟਸਐਪ ਕਾਲ ਕੀਤਾ, ਕੈਨੇਡਾ ਦਾ ਨੰਬਰ ਉਹਦਾ ਨਿਸ਼ਾਨ ਸਿੰਘ ਦਾ, ਉਹਨੇ ਵਟਸਐਪ ਕਾਲ ਕਰਕੇ ਫਾਦਰ ਸਾਹਿਬ ਨੂੰ ਮਤਲਬ ਗਾਲਾਂ, ਪੂਰੀਆਂ ਗੰਦੀਆਂ ਗਾਲਾਂ ਕੱਢੀਆਂ, ਮੇਰੇ ਕੋਲ ਆਡੀਓ ਰਿਕਾਰਡਿੰਗ ਵੀ ਹੈਗੀ ਉਹਦੀ, ਧਮਕੀ ਦਿੱਤੀ ਕਿ ਤੁਹਾਡੇ ਪਰਿਵਾਰ ਦਾ ਇੱਕ ਮੈਂਬਰ ਅਸੀਂ ਚੱਕ ਦੇਣਾ, ਆਹੀ ਵਰਡਿੰਗ ਸੀ ਮਤਲਬ। ਉਸ ਤੋਂ ਬਾਅਦ ਗਾਲਾਂ ਗੁਲਾਂ ਕਰਦੇ ਰਹੇ, ਉਸ ਤੋਂ ਬਾਅਦ ਇੱਕ ਵਾਰੀ ਮਤਲਬ ਠੰਡਾ ਕਰਨ ਦੀ ਮਤਲਬ ਮਦਰ ਨੇ ਵੀ ਗੱਲ ਕੀਤੀ, ਠੰਡਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਸਿਸਟਮ 'ਚ ਇੱਕ ਵਾਰੀ ਭੱਗ ਗਿਆ ਇੱਕ ਵਾਰੀ। ਉਸ ਤੋਂ ਬਾਅਦ ਮੇਰੇ ਫਾਦਰ ਸਾਹਿਬ ਨੂੰ ਮਤਲਬ 15 ਦਿਨਾਂ ਬਾਅਦ ਕੋਈ ਗੱਡੀ ਗੁੱਡੀ ਫੋਲੋ ਕੀਤਾ, ਇਹਨਾਂ ਦਾ ਪੁਲਿਸ ਦਾ ਬੈਕਅਪ, ਪੁਲਿਸ ਦਾ ਰਿਟਾਇਰ ਸੀ, ਇਹਨਾਂ ਨੂੰ ਸ਼ੱਕ ਹੋਇਆ, ਠੀਕ ਹੈ, ਇਹਨਾਂ ਦਾ ਫਿਰ ਗੱਲ ਗੁੱਲ ਜੀ ਹੋਈ ਇਹਨਾਂ ਦੀ, ਫਿਰ ਕੁਛ ਟਾਈਮ ਬਾਅਦ ਮਤਲਬ ਅਸੀਂ ਰਿਪੋਰਟ ਮਤਲਬ ਸਦਰ ਥਾਣਾ SHO ਇਕਬਾਲ ਹੁਸੈਨ ਦੇ ਮਤਲਬ ਉਹਨਾਂ ਨੂੰ ਆਡੀਓ ਕਾਲ ਵੀ ਸੁਣਾਈ ਹੈ ਕਿ ਧਮਕੀ ਵਾਲੀ ਕਾਲ ਆਈ ਹੈ, ਪ੍ਰੋਪਰ ਗਾਲਾਂ ਗੁਲਾਂ ਕੱਢੀਆਂ, ਉਹ ਫਾਦਰ ਸਾਹਿਬ ਦੇ ਫੋਨ 'ਚ ਹੈਗੀ। ਹੁਣ ਕੀ ਹੋਇਆ ਕਿ 15 ਦਿਨ ਪਹਿਲਾਂ ਮਤਲਬ ਇਹ ਆਪਦੇ ਉੱਥੇ ਗਏ ਸੀ, ਆਪਦਾ ਖਾਲਾ ਖੁਲਾ ਸਾਫ਼ ਕਰ ਰਹੇ ਸੀ ਝੋਨਾ ਲਾਉਣਾ, ਸਾਡੀ ਪਹਿਲੀ 'ਚ ਹਜੇ ਵੀ ਝੋਨਾ ਨਹੀਂ ਲੱਗਿਆ, ਇਹਨਾਂ ਟਰਨ ਪਲੇਟ ਕੀਤਾ ਹੋਇਆ, ਮੈਂ ਜਾਣ ਹੀ ਨਹੀਂ ਦਿੰਦਾ ਪਿਆ, ਠੀਕ ਹੈ, ਇਹ 15 ਦਿਨ ਪਹਿਲਾਂ ਗਏ, ਉੱਥੇ ਬੰਦੇ ਪੈ ਗਏ ਇਹਨਾਂ ਨੂੰ, 2 ਸਕਾਰਪੀਓ ਅਤੇ ਗੱਡੀ ਆਈ ਸੀਗੀ, ਠੀਕ, ਉਹ ਬੰਦੇ ਪੈ ਗਏ ਅਤੇ ਉਦੋਂ ਮਤਲਬ ਅਸੀਂ ਪਿੱਛੇ ਫੋਨ ਕੀਤਾ SHO ਇਕਬਾਲ ਹੁਸੈਨ ਨੂੰ, ਉਹ ਚਲੋ 15-20 ਮਿੰਟਾਂ 'ਚ ਉੱਥੇ ਪਹੁੰਚੇ, 1.5 ਘੰਟੇ 'ਚ ਪਹੁੰਚੇ ਉੱਥੇ, ਉੱਥੇ ਮੈਂ ਕਿਹਾ ਕਿ ਮੈਟਰ ਸੋਲਵ ਹੋ ਗਿਆ। ਜਿਹੜੇ ਉਹ ਬੰਦੇ ਸੀਗੇ 7-8 ਬੰਦੇ ਸਾਰੇ ਮਤਲਬ ਨਸ਼ੇ ਨਾਲ ਪੂਰੇ ਰੱਜੇ ਹੋਏ ਸੀਗੇ, ਮਤਲਬ ਮੈਂ ਮੋਸਟਲੀ ਸਾਰੇ 20-25 ਸਾਲ ਦੀ ਏਜ ਸੀਗੀ, ਮਤਲਬ ਮੈਚੋਰਟੀ ਵਾਲਾ ਸਿਸਟਮ ਨਹੀਂ ਸੀ, ਠੀਕ ਹੈ, ਨਿਸ਼ਾਨ ਉਦੋਂ ਖੁਦ ਨਹੀਂ ਸੀ ਉਸ ਟਾਈਮ ਦੇ ਵਿੱਚ, ਪਰ ਅੱਜ ਫਾਦਰ ਸਾਹਿਬ ਨੂੰ ਮਤਲਬ ਜਦੋਂ ਗੱਲ ਹੋਈ ਹੈ, ਅੱਜ ਇਹ ਗਏ ਉੱਥੇ ਮਤਲਬ ਇਹ ਕਹਿੰਦੇ ਸੀ ਮੋਟਰ ਨਹੀਂ ਚਲਾਉਂਦੇ, ਨਹੀਂ ਥੋੜ੍ਹੇ ਸਾਡੇ ਪਹਿਲੇ ਹਿੱਸੇ 'ਚ ਆਉਂਦੀਆਂ ਸੀ, ਕਿਹਾ ਕਿ ਛੱਕੋ ਆਪਾਂ ਕੀ ਮੈਟਰ ਸੋਫ ਕੀ ਭਗਣਾ ਆਪਾਂ ਝੋਨਾ ਲਾਉਣਾ, ਸਾਡਾ ਜਿਹੜੇ ਝੋਨਾ ਨਹੀਂ ਲੱਗਿਆ ਸੀ, ਅਸੀਂ ਮੋਟਰ ਚੱਕ ਕੇ ਪਰਲੇ ਪਾਸੇ ਆਪਦੇ ਪਾਸੇ ਕਰ ਲੈਂਦੇ, ਇਹ ਮੈਟਰ ਕਰਨ ਵਾਸਤੇ ਮੋਟਰ ਪਰਲੇ ਪਾਸੇ ਕਰਨ ਵਾਸਤੇ GC ਮਸ਼ੀਨ ਲੈ ਕੇ ਉੱਥੇ ਪਟਰਨ ਵਾਸਤੇ ਲੈ ਕੇ ਗਏ ਹੋਏ ਸੀ, ਇਹ 2:30 ਵਜੇ ਸਾਨੂੰ ਫੋਨ ਆਇਆ ਕਿ ਉੱਥੇ ਮਤਲਬ
ਫਾਰਗ ਸਾਹਿਬ ਕਿ ਮੈਨੂੰ ਗੋਲੀ ਵੱਜ ਗਈ। ਜਿਹੜੀ ਮੇਰੀ ਉੱਥੇ ਲੇਬਰ ਨਾਲ ਗੱਲ ਹੋਈ ਹੈ ਕਿ ਉਹ ਕਹਿ ਰਹੇ ਕਿ ਮਤਲਬ ਉੱਥੇ ਤਿੰਨ ਗੱਡੀਆਂ ਆਈਆਂ, ਤਿੰਨ ਗੱਡੀਆਂ ਉਹਨਾਂ ਨੇ ਪੁਲ 'ਤੇ ਖੜ੍ਹ ਕੇ ਉਹਨਾਂ ਨੇ ਫਾਇਰਿੰਗ ਕੀਤੀ ਹੈ। ਪਹਿਲਾਂ ਵਰਬਲ ਲੈਂਗੁਏਜ ਯੂਜ਼ ਕੀਤੀ ਹੈ, ਉਸ ਤੋਂ ਬਾਅਦ ਉਹਨਾਂ ਨੇ ਮਤਲਬ ਫਾਇਰਿੰਗ ਓਪਨ ਕਰਤੀ। ਇਹ ਹੁਣ ਰਿਟਾਇਰਡ ਇੰਸਪੈਕਟਰ ਹੈ, ਡਾਇਬਟਿਕ ਦੇ ਪੇਸ਼ੈਂਟ ਹੈ, ਹਾਰਟ ਪੇਸ਼ੈਂਟ ਹੈ, ਦੋਨੋਂ ਲੱਤਾਂ ਦੀ ਰੋਡ ਪਈ ਹੋਈ ਹੈ, ਨੈਫਰੋਸਕੋਪੀ ਦਾ ਆਪਰੇਸ਼ਨ ਹੋਇਆ ਹੈ। ਇਹਨਾਂ ਤੋਂ ਇੰਸਟੈਂਟ ਐਕਸ਼ਨ ਨਹੀਂ ਹੋਇਆ ਉਸ ਟਾਈਮ ਦੇ ਵਿੱਚ। ਮੇ ਬੀ ਜੇ ਕੋਈ ਇਹਨਾਂ ਕੋਲ ਆਪਦਾ ਪਿਸਟਲ ਵਗੈਰਾ ਹੁੰਦਾ ਅਤੇ ਆਪਦੇ ਆਪ ਨੂੰ ਸੇਫ ਕਰ ਲੈਂਦੇ, ਪਰ ਉਹ ਪਿਸਟਲ ਇਹਨਾਂ ਦਾ ਮਤਲਬ ਰਿਪੇਅਰ ਹੋਣ ਵਾਸਤੇ ਗਿਆ ਹੋਇਆ ਸੀ। ਮੈਂ ਮਤਲਬ ਅਨਲੱਕੀ ਕਹੂੰਗਾ ਉਹਨਾਂ ਦੇ ਸਿਸਟਮ, ਪਰ ਇਹਨਾਂ ਦੇ ਇੱਕ ਹਿੰਮਤ ਦੇਖੋ ਕਿ ਇੱਕ ਰਿਟਾਇਰਡ ਇੰਸਪੈਕਟਰ ਦੇ ਓਪਨ ਗੋਲੀਆਂ 15-20 ਬੰਦੇ, ਸੋਰੀ 15-20 ਨਹੀਂ 12-15 ਬੰਦੇ ਤਿੰਨ ਗੱਡੀਆਂ 'ਤੇ ਓਪਨਲੀ ਗੋਲੀਆਂ ਚਲਾ ਕੇ ਚਲੇ ਗਏ। ਸਿਵਲੀਅਨ ਨੋਰਮਲ ਸਿਵਲੀਅਨ ਸੇਫ ਨਹੀਂ ਹੈ ਪੰਜਾਬ ਦੇ ਵਿੱਚ। ਮੈਂ ਬਹੁਤ ਟਰਾਈ ਕਰਾਂ ਸੀ ਇਹ ਪਹਿਲੀ ਵਾਰ ਆਉਣਾ, ਮੈਂ ਅਸੀਂ ਬਹੁਤ ਠੰਡੇ ਵੀ ਪੈ ਗਏ ਅਸੀਂ ਪਹਿਲੀ ਮਤਲਬ ਕੋਈ ਅਸੀਂ ਕਿਹਾ ਕਿ ਤੁਹਾਨੂੰ ਇਹਨਾਂ ਨੂੰ ਰਿਕੁਐਸਟ ਕੀਤੀ ਕਿ ਪਹਿਲੀ ਪੂਰੀ ਗੋਲੀ ਕੋਈ ਜੇ ਕੋਈ ਵੱਧ ਲੱਗਦੀ ਤੁਸੀਂ ਆਪ ਮਿਲ ਕੇ ਪੂਰੀ ਕਰ ਲਓ, ਸਾਨੂੰ ਕੋਈ ਇਤਰਾਜ਼ ਨਹੀਂ। ਇਹੀ ਮੈਟਰ ਇਕਬਾਲ ਹੁਸੈਨ ਦੇ ਕੇ ਵੀ ਗਏ ਸੀਗੇ, ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਇਕਬਾਲ ਜਿਹੜਾ ਨਿਸ਼ਾਨ ਸੀਗਾ ਉਸ ਟਾਈਮ 'ਤੇ ਉਹ ਫੋਨ ਤੋਂ ਕੰਟੈਕਟ ਕਰਦਾ, ਰੂਮ ਤੋਂ ਆਪਰੇਟ ਕਰਦਾ, ਉਹਦੇ ਗੁੰਡੇ ਭੇਜਦਾ, ਨਾਲ ਉਹਦਾ ਚਾਚਾ ਆਇਆ ਸੀ ਡਿਪਟੀ ਸਿਮਰ, ਨਾਲ ਉਹਦੇ ਮਦਰ ਆਏ ਸੀਗੇ। ਇਹ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰ ਰਹੇ, ਲੋਜੀਕਲ ਗੱਲ ਤਾਂ ਆਈ ਨਹੀਂ, ਅਤੇ ਸਮਝਣ ਵੀ ਡਰ ਸੀਗੇ। ਉਹ ਅੱਜ ਭਾਣਾ ਉਹ ਵਾਪਰ ਕੇ ਇਹਨਾਂ ਨੇ ਗੋਲੀ ਮਾਰੀ ਹੈ, ਫਾਇਰਿੰਗ ਕੀਤੀ, ਗੱਡੀ ਪੂਰੀ 3-4 ਗੱਡੀ ਗੋਲੀਆਂ ਗੱਡੀ 'ਚ ਲੱਗੀਆਂ, ਇੱਕ ਇਹਨਾਂ ਦੇ ਪੇਟ 'ਚ ਗੋਲੀ ਹੋਈ ਹੈ, ਪੇਟ ਦੇ ਵਿੱਚ ਗੋਲੀ ਹੋਈ ਹੈ। ਹੁਣ ਇਹ ਬਹੁਤ ਸੀਰੀਅਸ ਕੰਡੀਸ਼ਨ ਦੇ ਵਿੱਚ ਉਹਨਾਂ ਨੇ ਐਡਮਿਟ ਹੋ ਰੱਖੇ। ਮੁੱਦਾ ਇਹ ਹੈ ਕਿ ਮਤਲਬ ਨੋਰਮਲ ਬੰਦਾ ਅੱਜ ਦੀ ਡੇਟ ਦੇ ਵਿੱਚ ਸੇਫ ਹੈ ਨਹੀਂ ਪੰਜਾਬ ਦੇ ਵਿੱਚ, ਜੀ ਕੋਈ ਡਾਊਟ ਨਹੀਂ ਹੈਗਾ। ਇਹ ਇੰਸਪੈਕਟਰ ਹੋਣ ਦੇ ਬਾਵਜੂਦ ਵੀ ਕਿਸੇ ਨੂੰ ਕੋਈ ਡਰ ਨਹੀਂ ਹੈਗਾ, ਮਤਲਬ ਹੁਣ ਦੇਖੋ ਜੀ ਪੁਲਿਸ ਕੀ ਕਰਦੇ ਕਰਦੀ ਆ। ਕਿੰਨੀ ਦੇਰ ਤੋਂ ਇਹ ਵਿਵਾਦ ਚੱਲ ਰਿਹਾ ਸੀਗਾ? ਇਹ ਡੇਢ ਕੁ ਮਹੀਨੇ ਤੋਂ ਚੱਲ ਰਿਹਾ ਵਿਵਾਦ, ਹੀ ਉਹਨਾਂ ਦਾ ਨਿਸ਼ਾਨ ਸਿੰਘ ਨਾਲ ਕੋਈ ਵਿਵਾਦ ਇਹੋ ਜਿਹਾ ਹੈ ਨਹੀਂ ਸੀਗਾ, ਪਰ ਜਿਹੜਾ ਗੁਰਮੇਲ ਸਿੰਘ ਜਿਹੜਾ ਪਿੰਡ ਲੰਡੇ ਮੁੰਡੇ ਨੇ ਜਿਹੜਾ ਮੈਟਰ ਵਿੱਚ ਅੱਗ ਪਾ ਪਾ ਕੇ ਜਿਹੜਾ ਵਧਾਤਾ, ਇਹ ਉਹਨਾਂ ਨੇ ਸਪਾਰਕ ਕਰਤਾ। ਇਹ ਕਿਉਂਕਿ ਸਾਡੀ ਸੀ ਠੇਕੇ ਦੀ ਨੀਤੀ ਪਾ ਲਈ ਉਹਨਾਂ ਨੂੰ, ਅਤੇ ਉਹਨਾਂ ਨੇ ਵਿੱਚ ਆ ਕੇ ਸਾਰਾ ਮੈਟਰ ਦਿਖਾਇਆ ਉਹਨਾਂ ਨੇ। ਇਹਨਾਂ ਠੇਕੇ ਦੀ ਨੀਤੀ ਸੀ ਗੁਰਮੇਲ ਸਿੰਘ, ਇਹਨਾਂ ਨੇ ਪਹਿਲਾਂ ਸਾਡੇ ਕੋਲ ਜਿਹਨਾਂ ਨੇ ਠੇਕੇ ਲਿੱਤੇ ਸੀ ਗੁਰਮੇਲ ਸਿੰਘ ਪਿੰਡ ਲੰਡੇ ਹੁੰਦੇ, ਉਹਨਾਂ ਨੇ ਉਹ ਅਤੇ ਉਹਦਾ ਮੁੰਡਾ, ਇਹ ਦੋਵੇਂ ਉੱਥੇ ਗੇੜੀਆਂ ਲਾਉਂਦੇ ਰਹਿੰਦੇ, ਉਹਨਾਂ ਨੂੰ ਅਸੀਂ ਐਕਚੁਲੀ ਠੇਕੇ 'ਤੇ ਨਹੀਂ ਦਿੱਤੀ। ਇਹ ਉਹਨਾਂ ਨੇ ਉਹ ਸਾਡੇ ਨਾਲ ਵੱਟ ਸਾਂਝੀ, ਨਿਸ਼ਾਨ ਸਿੰਘ ਦੇ 19 ਕਿੱਲੇ ਵੱਟ ਸਾਂਝੀ ਹੈ, ਇਹ ਉਹਨਾਂ ਨੂੰ ਮਿਸਗਾਈਡ ਕਰਦੇ ਰਹੇ, ਮਿਸਗਾਈਡ ਕਰਦੇ ਕਰਦੇ ਸਾਡਾ ਇਹਨਾਂ ਨੇ ਇਧਰਲੇ ਪਾਸੇ ਸਾਡਾ ਸਿਸਟਮ ਖਰਾਬ ਕਰ ਦਿੱਤਾ। ਗੋਲੀਆਂ ਚਲਾਈਆਂ ਗਈਆਂ ਨੇ, ਇਹ ਕਿਹੜੇ ਇਤਿਹਾਸ ਸੀਗੇ, ਕਿਹਨਾਂ ਨਾਲ ਚਲਾਈ, ਕੋਈ ਪਤਾ ਲੱਗਿਆ? ਸਰ ਕੁਛ ਨਹੀਂ ਪਤਾ ਇਹਦੇ ਬਾਰੇ, ਕੋਈ ਜਾਣਕਾਰੀ ਨਹੀਂ। ਮੈਂ ਕਰੇ ਸੀਗਾ, ਮੈਂ ਕਰੇ ਸੀਗੇ, ਮਤਲਬ ਮੈਨੂੰ ਫੋਨ ਹੀ ਆਇਆ ਸੀ ਉਸ ਟਾਈਮ। ਕਿਸ ਤਰ੍ਹਾਂ ਹਸਪਤਾਲ ਕਿਸ ਤਰ੍ਹਾਂ ਪਹੁੰਚੇ ਤੁਹਾਨੂੰ? ਇਹ ਅੱਧੇ ਰਸਤੇ ਹੀ ਗੱਡੀ ਚਲਾ ਕੇ ਆਏ ਥੋੜ੍ਹਾ ਜਿਹਾ, ਹੋਰੀ ਅੱਗਾਂ ਦੇ ਰਸਤੇ, ਹਾਂ ਉੱਥੇ ਰੁਕ ਗਏ ਸੀਗੇ, ਉੱਥੇ ਫੋਨ ਕਰਤਾ ਕਿ ਮੇਰੇ ਤੋਂ ਗੱਡੀ ਨਹੀਂ ਚੱਲਦੀ, ਮੈਂ ਅੱਗੇ ਜਾ ਕੇ ਗੱਡੀ ਇਹਨਾਂ ਨੂੰ ਪਿੱਕ ਕੀਤਾ, ਅਤੇ ਗੁਰੂ ਸਾਹਿਬ ਰੋਡ 'ਤੇ ਜਿਹੜੀ ਉਹ ਫੈਕਟਰੀ ਆਉਂਦੀ ਹੈ ਉਸ 'ਤੇ, ਉੱਥੇ ਜਾ ਕੇ ਮੈਂ ਇਹਨਾਂ ਨੂੰ ਪਿੱਕ ਕੀਤਾ, ਅੱਗੇ ਜਾ ਕੇ। ਇਹ ਹੋਇਆ ਕਿੱਥੇ ਹੈ ਜੀ? ਇਹ ਸ਼ਿਵਪੁਰਾ ਪਿੰਡ ਕਿਰਪਾਲ ਕੇ, ਠੀਕ ਹੈ। ਇਹ ਸੇਮ ਵਾਲੇ ਦੇ ਪੁਲ ਦੇ ਉੱਤੇ ਆਪਣੀ ਉਹਨਾਂ ਸੜਕ 'ਤੇ ਪਹਿਲੀ ਆਉਂਦੀ ਹੈ, ਉਹਦਾ ਰੋਲ ਹੈ। ਅਸੀਂ ਬੈਠ ਕੇ ਵੀ ਦੁਆਬ ਕਰਨ ਦੀ ਕੋਸ਼ਿਸ਼ ਕਰ ਰਹੇ ਸੀ, ਪਰ ਇਹਨਾਂ ਦੀ ਗੁੰਡਾਗਰਦੀ ਨਹੀਂ, ਜ਼ਿਆਦਾ ਇਹਨਾਂ ਦਾ ਡਰ ਹੀ ਇੰਨਾ ਜ਼ਿਆਦਾ ਪੰਜਾਬ ਦੇ ਵਿੱਚ ਮਾਹੌਲ ਹੀ ਇੰਨਾ ਗਰਮ ਹੋ ਗਿਆ ਕਿ ਮਤਲਬ ਇਹ ਸਾਡੇ ਕੰਟਰੋਲ ਦੇ ਵਿੱਚ ਮੈਟਰ ਹੈ ਹੀ ਨਹੀਂ ਸੀ। ਕਿੰਨੇ ਕੁ ਬਲਕਿ ਈਵਨ ਕਿ ਜਿਹੜਾ ਕਾਨੂੰਨ ਜਿਹੜਾ ਨਿਸ਼ਾਨਦੀ ਕਰਨ ਗਿਆ ਸੀ, ਉਹ ਵੀ ਡਰਦਾ ਮਾਰਾ ਬੋਲ ਗਿਆ ਪਾਦਲ ਸਾਹਿਬ ਨੂੰ ਕਿ ਮੈਂ ਆਪਣੇ ਜਵਾਕ ਮਰਵਾਉਣੇ। ਇਹ ਉਹਦੀ ਵਰਡਿੰਗ ਹੈ, ਆਪਣੀ ਵਰਡਿੰਗ ਹੈ ਕਿ ਮੈਂ ਆਪਣੇ ਜਵਾਕ ਮਰਵਾਉਣੇ। ਉਹ ਜਿਹੜੀ ਨਿਸ਼ਾਨਦੀ ਪਹਿਲਾਂ ਕਰਾ ਕੇ ਆਇਆ ਸੀ, ਉਹ ਨਿਸ਼ਾਨਦੀ ਕੈਂਸਲ ਵੀ ਹੋ ਗਈ ਸੀ। ਦੂਸਰੀ ਜਿਹੜਾ ਪੈਨਲ ਬੈਠਾ ਉਹ ਕਹਿੰਦਾ ਬਸ ਤੱਕ ਕਰਦੇ ਦੀ ਨਿਸ਼ਾਨਦੀ ਹੋਈ ਨਹੀਂ ਸਕਦੀ, ਤੁਸੀਂ ਆਪਸ 'ਚ ਬੈਠ ਕੇ ਕਰ ਲਓ। ਅਸੀਂ ਸਾਰੀਆਂ ਆਪਸ਼ਨਾਂ ਟੇਬਲ 'ਤੇ ਵੀ ਰੱਖਦੀਆਂ, ਜਿਹੜਾ ਸਾਡਾ ਪਹਿਲੇ ਠੇਕੇਦਾਰ ਸੀ ਉਹਨੂੰ ਵੀ ਭਜਾਤਾ, ਉਹਨਾਂ ਦਾ ਬੇਟਾ ਵੀ ਪੰਜਾਬ ਪੁਲਿਸ 'ਚ, ਉਹਨਾਂ ਨੂੰ ਵੀ ਇੰਨਾ ਖੌਫ ਸੀਗਾ। ਜਿਹੜਾ ਸਾਡਾ ਦੂਸਰਾ ਠੇਕੇਦਾਰ ਆਇਆ, ਉਹਨਾਂ ਨੂੰ ਵੀ ਫੋਨ ਕਰਕੇ ਭਜਾਤਾ, ਉਹ ਸਾਰੀਆਂ ਰਿਕਾਰਡਿੰਗ ਪਾਪਾ ਕੋਲ ਪਈਆਂ ਹੋਈਆਂ। ਸਾਡੇ ਠੇਕੇਦਾਰ ਨੂੰ ਇਹ ਟਿਕਟ ਵੀ ਨਹੀਂ ਦਿੰਦੇ ਸੀ, ਅਸੀਂ ਅੱਕ ਕੇ ਅਸੀਂ ਸੋਚਿਆ ਕਿ ਅਸੀਂ ਆਪਣੇ ਬੈਕਆਊਟ ਕਰਕੇ ਅਸੀਂ ਮੋਟਰ ਚੇਂਜ ਕਰ ਲੈਂਦੇ ਹਾਂ, ਇਹਨਾਂ ਨਾਲ ਅਸੀਂ ਮੱਥਾ ਨਹੀਂ ਮਾਰ ਸਕਦੇ, ਅਸੀਂ ਉਹ ਬੈਕਆਊਟ ਕਰਨ ਦਾ ਪ੍ਰੋਪਰ ਮਨ ਬਣਾ ਲਿਆ ਸੀ। ਪਰ ਅੱਜ ਇਹ ਬੈਕਆਊਟ ਆਦਾ ਬੈਕਆਊਟ ਕਰਨ ਗਏ, ਮੈਂ ਇਹਨਾਂ ਨੂੰ ਮਤਲਬ ਮੈਨੂੰ ਲੱਗਦਾ ਕਿ ਮੇਰੀ ਗਲਤੀ ਹੈ ਕਿ ਮੈਂ ਇਹਨਾਂ ਨੂੰ ਥੋੜ੍ਹਾ ਠੰਡਾ ਕਰਦਾ, ਛੇ ਜੀ ਥੋੜ੍ਹਾ ਗਰਮ ਰਹਿੰਦੇ ਤਾਂ ਮੇਰੀ ਸ਼ਾਇਦ ਅੱਜ ਇਹ ਹਸਤਾ ਨਾ ਹੋਊਗਾ। ਇਹ ਤਿੰਨ ਗੱਡੀਆਂ
ਵਿਛੇੜੀ ਲੋਕ ਸੀਗੇ, ਇਹ 'ਚ ਕੋਈ ਡਾਊਟ ਨਹੀਂ ਹੈ, ਇਹਨਾਂ ਦਾ ਗਰੁੱਪ ਸਾਨੂੰ ਨਹੀਂ ਪਤਾ, ਬਟ ਸੇਫਟੀ ਪ੍ਰੋਟੋਕੋਲ ਆਉਣ ਵਾਲੇ ਟਾਈਮ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਮਤਲਬ ਇਹਨਾਂ ਦਾ ਗੁੰਡਾਰਾਜ ਹੀ ਹੋਣਾ ਪਿਆ ਦੇ ਵਿੱਚ। ਇਹ ਕਿੰਨੇ ਕੁ ਵਜੇ ਦੀ ਘਟਨਾ ਔਰ ਹੁਣ ਕਿਵੇਂ ਸਥਿਤੀ ਕੀ ਹੁੰਦੀ ਹੈ? ਹੁਣ 2:30 ਕੁ ਵਜੇ ਦੀ ਘਟਨਾ ਜੀ, ਅਤੇ ਹੁਣ ਸਥਿਤੀ ਨਾਜ਼ੁਕ ਹੈ ਜੀ। ਮੈਂ ਦੱਸਿਆ ਗੋਲੀ ਹੁਣ ਕਹਿ ਰਹੇ ਡਾਕਟਰ ਸਾਹਿਬ ਮੈਨੂੰ ਪ੍ਰੋਪਰ ਹੀ ਪਤਾ ਕਿ ਗੋਲੀ ਕ੍ਰੋਸ ਕਰਦੀ ਹੈ ਕਿ ਨਹੀਂ ਕੀਤੀ, ਪਰ ਥਿੰਗ ਇਜ਼ ਕਿ ਇਹ ਡਾਇਬਟਿਕ ਪੇਸ਼ੈਂਟ ਹੈ, ਹਾਰਟ ਪੇਸ਼ੈਂਟ ਵੀ ਹੈ, ਅਤੇ ਕਦੇ ਵੀ ਸੀਰੀਅਸ ਹੋ ਸਕਦੇ, ਮੈਨੂੰ ਉਹਦੀ ਜ਼ਿਆਦਾ ਟੈਨਸ਼ਨ ਹੈ। ਕੋਈ ਪੁਲਿਸ ਦਾ ਅਧਿਕਾਰੀ ਤੁਹਾਡੇ ਕੋਲ ਪਹੁੰਚਿਆ ਹੁਣ? ਅਤੇ ਕੋਈ ਮੇਰੇ ਜੀਜਾ ਜੀ ਕੀ ਘਟਨਾ ਹੋਈ ਹੈ? ਇਹਨਾਂ ਦਾ ਜੀ ਕੋਈ ਪੈਲੀ ਦਾ ਫੈਸਲਾ ਫੂਸਲਾ ਸੀਗਾ, ਅਤੇ ਉਹ ਮਤਲਬ ਮਗਰੋਂ ਆ ਕੇ ਉਹਨਾਂ ਨੇ ਗੋਲੀ ਮਾਰੀ। ਬਸ ਕਿੰਨੀ ਗੋਲੀਆਂ ਲੱਗੀਆਂ? ਕਿੱਥੋਂ ਦੇ ਰਹਿਣ ਵਾਲੇ ਸੀ? ਕੀ ਨਾਮ? ਇਹ ਜੀ ਇੱਥੋਂ ਦੇ ਮੁਕਤਸਰ ਦੇ ਰਹਿਣ ਵਾਲੇ ਆ, ਅਤੇ ਕਿਰਪਾਲ ਕੁੱਕਰੀਆਂ ਇਹਨਾਂ ਦੀ ਜ਼ਮੀਨ ਸੀ। ਪਤਾ ਲੱਗਿਆ ਗੋਲੀ ਕਿਹਨਾਂ ਨੇ ਮਾਰੀ ਆ? ਗੋਲੀ ਤਾਂ ਮੈਨੂੰ ਇੰਨਾ ਪਤਾ ਨਹੀਂ। ਅੱਛਾ, ਅਤੇ ਕੀ ਕਰਦੇ ਸੀ? ਕੀ ਸੇਵਾ ਮੁਕਤ ਕੋਈ ਪੁਲਿਸ ਫਲਿਸਟਰ ਸੀ, ਮਤਲਬ ਮੁਲਾਜ਼ਮ ਸੀ ਕਿਸੇ ਦੇ? ਹਾਂਜੀ ਮੁਲਾਜ਼ਮ ਸੀ ਕੋਈ। ਕਿਹੜਾ? ਜਿਹਨੇ ਗੋਲੀ ਮਾਰੀ? ਜਿਹਦੇ ਗੋਲੀ ਲੱਗੀ ਹੈ ਜੀ? ਇਹ ਮੁਲਾਜ਼ਮ ਹੀ ਆ ਪੁਲਿਸ। ਤੁਹਾਡੇ ਕੀ ਲੱਗਦੇ? ਮੇਰੇ ਜੀਜਾ ਜੀ ਪੁਲਿਸ ਦਾ ਰਿਟਾਇਰਡ ਇੰਪਲਾਈ ਹੈ ਜੀ, ਉਹ ਆਇਆ ਹੈ, ਉਹਨਾਂ ਦੀ ਲੜਾਈ ਹੋਈ ਹੈ ਪਿੰਡ 'ਚ, ਅਤੇ ਉਹਨਾਂ ਦੇ ਪੇਟ ਦੇ ਵਿੱਚ ਗੋਲੀ ਲੱਗੀ ਹੋਈ ਹੈ। ਕਿਸ ਤਰ੍ਹਾਂ ਦੀ ਹਾਲਤ ਹੈ? ਕਿੰਨੀਆਂ ਗੋਲੀਆਂ ਹੁੰਦੀ? ਗੋਲੀ 1 ਵਜੀ ਹੈ, ਨੀਚਰ ਰਿਪੋਰਟ ਦੇ ਖਿਲਾਫ ਪੇਸ਼ੈਂਟ ਸੀਰੀਅਸ ਹੈ ਜੀ।